ਦੇਸ਼ ਭਗਤੀ ਦੇ ਗਾਣੇ ਤੇ ਕੋਰੀਓਗ੍ਰਾਫੀ ਕਰਦੇ ਹੋਏ ਇੱਕ ਸਾਬਕਾ ਫੌਜੀ ਦੀ ਜਾਨ ਚਲੀ ਗਈ। ਇਹ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਪ੍ਰੋਗਰਾਮ ਦੇ ਵਿੱਚ ਇੱਕ ਸਾਬਕਾ ਫੌਜੀ ਆਪਣੀ ਪਰਫਾਰਮੈਂਸ ਦੇ ਰਿਹਾ ਸੀ ਤਾਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ, ਜ਼ਮੀਨ ਤੇ ਡਿੱਗ ਪਿਆ। ਮੌਕੇ ਤੇ ਹੀ ਉਸ ਦੀ ਜਾਨ ਚਲੀ ਗਈ। ਸਾਹਮਣੇ ਬੈਠੇ ਲੋਕ ਤਾੜੀਆਂ ਮਾਰਦੇ ਰਹਿੰਦੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਸਾਬਕਾ ਫੌਜੀ ਕੋਈ ਐਕਟਿੰਗ ਕਰਦਾ ਪਿਆ ਜਾਂ ਕੋਰੀਓਗ੍ਰਾਫੀ ਦਾ ਇਹ ਸੀਨ ਵੀ ਇੱਕ ਹਿੱਸਾ ਹੈ, ਪਰ ਨਹੀਂ, ਇਹ ਦਿਲ ਦਾ ਦੌਰਾ ਪਿਆ ਜਿਸ ਦੇ ਨਾਲ ਉਸਦੀ ਜਾਨ ਚਲੀ ਗਈ। ਹੱਥ ਦੇ ਵਿੱਚ ਫੜਿਆ ਹੋਇਆ ਤਿਰੰਗਾ ਵੀ ਜ਼ਮੀਨ ਤੇ ਡਿੱਗ ਪਿਆ, ਜਿਸ ਨੂੰ ਇੱਕ ਦੂਸਰੇ ਵਿਅਕਤੀ ਨੇ ਚੁੱਕਿਆ ਔਰ ਲਹਿਰਾਇਆ। ਤਾਂ ਇਹ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਇੱਕ ਸਾਬਕਾ ਫੌਜੀ ਦੇਸ਼ ਭਗਤੀ ਦੇ ਗਾਣੇ ਤੇ ਕੋਰੀਓਗ੍ਰਾਫੀ ਕਰਦਾ ਸੀ ਤਾਂ ਮੰਚ ਦੇ ਉੱਪਰ ਹੀ ਉਸਨੂੰ ਦਿਲ ਦਾ ਦੌਰਾ ਪਿਆ, ਇੱਕਦਮ ਜ਼ਮੀਨ ਤੇ ਡਿੱਗ ਪਿਆ। ਮੌਕੇ ਤੇ ਹੀ ਉਸਦੀ ਜਾਨ ਚਲੀ ਗਈ। ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਔਰ ਸਾਹਮਣੇ ਬੈਠੇ ਲੋਕ ਸਾਬਕਾ ਫੌਜੀ ਦੀ ਕੋਰੀਓਗ੍ਰਾਫੀ ਤੇ ਤਾੜੀਆਂ ਮਾਰਦੇ ਰਹਿੰਦੇ ਨੇ। ਉਹ ਸੋਚਦੇ ਨੇ ਕਿ ਸ਼ਾਇਦ ਇਹ ਹਿੱਸਾ ਕੋਰੀਓਗ੍ਰਾਫੀ ਦਾ ਹਿੱਸਾ ਹੋਵੇਗਾ, ਪਰ ਅਜਿਹਾ ਨਹੀਂ ਸੀ। ਦੇਸ਼ ਭਗਤੀ ਦੇ ਗਾਣੇ ਤੇ ਇਸ ਸਾਬਕਾ ਫੌਜੀ ਦੇ ਵੱਲੋਂ ਦਮ ਤੋੜਿਆ ਗਿਆ। ਸਾਰੀ ਉਮਰ ਇਸਨੇ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕੀਤੀ, ਉਸ ਤੋਂ ਬਾਅਦ ਸੇਵਾ ਮੁਕਤ ਹੋਇਆ ਤਾਂ ਹੁਣ ਦੇਸ਼ ਭਗਤੀ ਦੇ ਗਾਣੇ ਤੇ ਕੋਰੀਓਗ੍ਰਾਫੀ ਕਰਦਾ ਸੀ ਤਾਂ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ, ਜ਼ਮੀਨ ਤੇ ਡਿੱਗ ਗਿਆ, ਥਾਈ ਇਸਦੀ ਮੌਤ ਹੋ ਗਈ। ਔਰ ਸਾਹਮਣੇ ਬੈਠੇ ਲੋਕ ਜਿਨ੍ਹਾਂ ਦੇ ਵਿੱਚ ਬਜ਼ੁਰਗ ਬੱਚੇ ਹਰ ਵਰਗ ਦੇ ਸਨ ਔਰ ਉਹ ਤਾੜੀਆਂ ਮਾਰਦੇ ਰਹਿੰਦੇ ਨੇ, ਕੁਝ ਹੋਰ ਹੀ ਸੋਚ ਲੈਂਦੇ ਨੇ, ਪਰ ਅਜਿਹਾ ਨਹੀਂ ਸੀ। ਇਹ ਸਾਬਕਾ ਫੌਜੀ ਦੀ ਦੇਸ਼ ਭਗਤੀ ਦੇ ਗਾਣੇ ਤੇ ਸਟੇਜ ਦੇ ਉੱਪਰ ਹੀ ਜਾਨ ਚਲੀ ਗਈ। ਇੰਦੌਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਉਹ ਫੌਜੀ ਜਿਸਨੇ ਸਾਰੀ ਉਮਰ ਦੇਸ਼ ਦੇ ਲੇਖੇ ਲਈ, ਉਸ ਤੋਂ ਬਾਅਦ ਰਿਟਾਇਰ ਹੋਇਆ ਤਾਂ ਹੁਣ ਇੱਕ ਕੋਰੀਓਗ੍ਰਾਫੀ ਦੇ ਵਿੱਚ ਆਪਣੀ ਜਾਨ ਗਵਾ ਲਈ। ਤਾਂ ਦੱਸਦੀ ਹੈ ਕਿ ਮੰਚ 'ਤੇ ਹੀ ਇੱਕ ਸਾਬਕਾ ਫੌਜੀ ਦੀ ਜਾਨ ਚਲੀ ਗਈ। ਦੇਸ਼ ਭਗਤੀ ਦੇ ਗਾਣੇ ਉੱਪਰ ਐਕਟਿੰਗ ਕਰਦੇ ਸਮੇਂ ਉਸਦੀ ਜਾਨ ਚਲੀ ਗਈ। ਸਾਹਮਣੇ ਬੈਠੇ ਲੋਕ ਤਾੜੀਆਂ ਮਾਰਦੇ ਰਹੇ, ਤਿਰੰਗਾ ਵੀ ਉਸਦਾ ਹੱਥ ਦੇ ਵਿੱਚੋਂ ਛੁੱਟ ਗਿਆ, ਜ਼ਮੀਨ 'ਤੇ ਡਿੱਗ ਪਿਆ। ਤਾਂ ਇਹ ਤਸਵੀਰਾਂ ਇੰਦੌਰ ਤੋਂ ਸਾਹਮਣੇ ਆਈਆਂ ਨੇ। ਦਿਲ ਦਾ ਦੌਰਾ ਪੈਣ ਕਰਕੇ ਸਾਬਕਾ ਫੌਜੀ ਦੀ ਜਾਨ ਚਲੀ ਗਈ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।